ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਠਿੰਡਾ ਤੋਂ, ਜਿੱਥੇ ਸ਼ਿਕਾਇਤ ਨਾ ਸੁਣੇ ਜਾਣ ਤੇ ਇੱਕ ਵਿਅਕਤੀ ਵੱਲੋਂ ਥਾਣੇਦਾਰ ਤੇ ਮੁਨਸ਼ੀ ਤੇ ਹਮਲਾ ਕਰ ਦਿੱਤਾ ਗਿਆ। ਇਸ ਖਬਰ ਦੀ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਬਠਿੰਡਾ ਤੋਂ ਧਰਮਚੰਦਰ ਜੀ। ਜੀ ਧਰਮਚੰਦਰ ਜੀ, ਕੀ ਮਾਮਲਾ ਹੈ ਪੂਰਾ? ਦੇਖੋ, ਇਹ ਬੜਾ ਗੰਭੀਰ ਮਾਮਲਾ ਸਾਹਮਣੇ ਆਇਆ, ਜਿੱਥੇ ਪੁਲਿਸ ਦੀ ਸੁਰੱਖਿਆ ਹੀ ਜਿਹੜੀ ਹੈ ਉਹ ਦਾਅ ਤੇ ਲੱਗੀ ਨਜ਼ਰ ਆ ਰਹੀ ਹੈ। ਬੀਤੀ ਰਾਤ ਇੱਕ ਬੰਟੀ ਨਾਮ ਦਾ ਵਿਅਕਤੀ ਥਾਣੇ ਦੇ ਵਿੱਚ ਆਉਂਦਾ ਹੈ ਔਰ ਬੁਰੀ ਤਰ੍ਹਾਂ ਤੋੜਫੋੜ ਕਰਦਾ ਹੈ, ਕੁਹਾੜੀ ਨਾਲ ਵਾਰ ਕਰਦਾ ਹੈ। ਉਸਨੇ SHO ਦੇ ਕਮਰੇ ਦੇ ਬਾਰ ਤੇ ਦਰਵਾਜ਼ੇ ਤੋੜੇ ਨੇ ਕੁਹਾੜੀ ਨਾਲ, ਔਰ ਮੁਨਸੀ ਦੇ ਦਰਵਾਜ਼ੇ ਤੇ ਕੁਹਾੜੀ ਨਾਲ ਵਾਰ ਕੀਤੇ ਨੇ ਤੇ ਇੱਥੋਂ ਦਾ ਕੇਬਲ ਜੋ ਹੈ ਵਾਇਰਲੈਸ ਆਪਰੇਟਰ ਹੈ ਉਸਦੇ ਕਮਰੇ ਦੇ ਦਰਵਾਜ਼ੇ ਤੇ ਵੀ ਕੁਹਾੜੀ ਨਾਲ ਵਾਰ ਕੀਤੇ ਔਰ ਉਸ ਤੋਂ ਬਾਅਦ ਉਹ ਦੁਬਾਰਾ ਕਲੋਨੀ ਦੇ ਵਿੱਚ ਵਾਪਸ ਜਾਂਦਾ ਔਰ ਇੱਕ ਗੁਆਂਢੀ ਦੇ ਘਰ ਵਿੱਚ ਵੜ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦਾ, ਉਸਦੀ ਲੱਤ ਵੱਢ ਦਿੰਦਾ। ਸੋ ਪੁਲਿਸ ਨੇ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੌਰਾਨ ਫਾਇਰਿੰਗ ਵੀ ਕੀਤੀ ਪਰ ਫਰਾਰ ਰਿਹਾ। ਅਜੇ ਤੱਕ ਜਿਹੜਾ ਇਹ ਆਰੋਪੀ ਜਿਹੜਾ ਬੰਟੀ ਨਾਮ ਦਾ ਆਰੋਪੀ ਹੈ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਮੈਂ ਦੱਸ ਦੇਵਾਂ ਕਿ ਪੁਲਿਸ ਦੇ ਦੱਸਣ ਅਨੁਸਾਰ ਹੁਣ ਤੱਕ ਜੋ ਮਾਮਲਾ ਇਹ ਸਾਹਮਣੇ ਆਇਆ ਕਿ ਇਹ ਬੰਟੀ ਨਾਮ ਦਾ ਵਿਅਕਤੀ ਜਿਹੜਾ ਇਹ ਪਿਛਲੇ ਦਿਨਾਂ ਤੋਂ ਪੁਲਿਸ ਕੋਲ ਇੱਕ ਸ਼ਿਕਾਇਤ ਇਸਨੇ ਦਿੱਤੀ ਹੋਈ ਸੀ ਆਪਣੇ ਪਿਤਾ ਦੇ ਖਿਲਾਫ ਘਰੇਲੂ ਝਗੜੇ ਨੂੰ ਲੈ ਕੇ, ਔਰ ਬੀਤੀ ਰਾਤ ਇਹ ਉਸੇ ਸ਼ਿਕਾਇਤ ਦੇ ਸੰਬੰਧ ਦੇ ਵਿੱਚ ਦੁਬਾਰਾ ਥਾਣੇ ਦੇ ਵਿੱਚ ਆਇਆ ਪਰ ਪੁਲਿਸ ਨੇ ਇਸ, ਕਿਉਂਕਿ ਪੁਲਿਸ ਦਾ ਕਹਿਣਾ ਕਿ ਉਸਨੇ ਨਸ਼ਾ ਕੀਤਾ ਹੋਇਆ ਸੀ, ਸ਼ਰਾਬ ਪੀਤੀ ਹੋਈ ਸੀ, ਇਸ ਕਰਕੇ ਉਸਦੀ ਉਹ ਜ਼ਿਆਦਾ ਮਤਲਬ ਤਵੱਜੋ ਨਹੀਂ ਦਿੱਤੀ। ਜਿਸ ਤੋਂ ਬਾਅਦ ਇਹ ਵਾਪਸ ਪਰਤ ਗਿਆ ਤੇ ਕੁਛ ਦੇਰ ਬਾਅਦ ਹੀ ਵਾਪਸ ਆਪਣੀ ਗੱਡੀ 'ਚ ਆਇਆ ਤੇ ਕੁਹਾੜੀ ਲੈ ਕੇ ਤੇ ਇਸਨੇ ਨਾਲ ਦੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। SHO ਦੇ ਕਮਰੇ ਦੇ ਦਰਵਾਜ਼ੇ ਤੋੜੇ, ਉਸ ਤੋਂ ਬਾਅਦ ਮੁਨਸੀ ਦੇ ਦਰਵਾਜ਼ੇ ਤੇ ਕੁਹਾੜੀ ਨਾਲ ਵਾਰ ਕੀਤੇ ਤੇ ਇਸ ਤੱਕ ਵਾਇਰਲੈਸ ਆਪਰੇਟਰ ਦੇ ਦਰਵਾਜ਼ੇ ਤੇ ਕੁਹਾੜੀ ਨਾਲ ਵਾਰ ਕੀਤੇ। ਜਦੋਂ ਤੱਕ ਪੁਲਿਸ ਕੁਛ ਸਮਝ ਪਾਉਂਦੀ ਇਸ ਸਾਰੇ ਮਾਮਲੇ ਨੂੰ, ਉਦੋਂ ਤੱਕ ਇਹ ਵਿਅਕਤੀ ਆਪਣੀ ਗੱਡੀ ਦੇ ਵਿੱਚ ਦੁਬਾਰਾ ਬੈਠ ਕੇ ਫਰਾਰ ਹੋ ਗਿਆ। ਹਾਲਾਂਕਿ ਫਾਇਰਿੰਗ ਵੀ ਕੀਤੀ ਗਈ PCR ਵੱਲੋਂ ਤੇ ਉਸ ਤੋਂ ਬਾਅਦ ਪੂਰੀ ਰਾਤ ਜਿਹੜੀ ਹੈ ਪੁਲਿਸ ਇਸ ਨੂੰ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਇਸ ਦੇ ਲਈ ਖਾਕ ਛਾਣਦੀ ਰਹੀ ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ। ਸਵਾਲ ਜਿਹੜਾ ਇੱਕ ਵੱਡਾ ਖੜਾ ਹੋਇਆ ਹੈ ਇਸ ਤੇ ਕਿ ਪੁਲਿਸ ਦੀ ਵਿਵਸਥਾ ਤੇ, ਔਰ ਮੈਂ ਦੱਸ ਦੇਵਾਂ ਕਿ ਇਹ ਥਾਣਾ ਕੈਂਟ ਉਹੀ ਹੈ ਜਿਹੜਾ ਨੈਸ਼ਨਲ ਹਾਈਵੇ ਤੇ ਸਥਿਤ ਹੈ, ਨੈਸ਼ਨਲ ਹਾਈਵੇ 7 ਦੇ ਉੱਤੇ ਥਾਣਾ ਕੈਂਟ ਸਥਿਤ ਹੈ ਔਰ ਇੱਥੇ ਪਹਿਲਾਂ ਵੀ ਇਸ ਤਰ੍ਹਾਂ ਦਾ ਵੱਡਾ ਹਮਲਾ ਹੋ ਚੁੱਕਿਆ ਹੈ। ਇੱਕ ਗੈਂਗਸਟਰ ਨੇ ਇੱਥੇ ਥਾਣੇ 'ਚ ਵੜ ਕੇ ਮੁਨਸੀ ਦੇ ਉੱਤੇ ਗੋਲੀ ਚਲਾਈ ਸੀ, ਜਿਸਦੇ ਵਿੱਚ ਮੁਨਸੀ ਜਿਹੜਾ ਥਾਣੇ ਦਾ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਜਿੱਥੇ ਤੁਸੀਂ ਦੱਸ ਰਹੇ ਹੋ ਕਿ ਕਾਨੂੰਨ ਵਿਵਸਥਾ ਤੇ ਵੀ ਕਈ ਸਵਾਲ ਖੜੇ ਹੁੰਦੇ ਨੇ ਕਿ ਦੂਸਰੀ ਵਾਰ ਇੱਥੇ ਇਸ ਤਰ੍ਹਾਂ ਦਾ ਹਮਲਾ ਹੋਇਆ ਪਰ ਪੁਲਿਸ ਫਿਰ ਇਸ ਦੇ ਬਾਵਜੂਦ ਵੀ ਸੰਜੀਦਾ ਨਹੀਂ ਹੈ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ। ਬਿਲਕੁਲ, ਜਦੋਂ ਜਨਤਾ ਉਮੀਦ ਕਰ ਰਹੀ ਹੈ, ਪਹਿਲਾਂ ਤੋਂ ਜਨਤਾ ਜਿਹੜੀ ਹੈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਤ੍ਰਸਤ ਹੈ ਮਹਾਨਗਰ ਦੇ ਬਠਿੰਡਾ ਦੀ ਜਨਤਾ, ਤਾਂ ਉਸ ਵੇਲੇ ਜਦੋਂ ਜਨਤਾ ਪੁਲਿਸ ਤੋਂ ਉਮੀਦ ਕਰ ਰਹੀ ਹੈ ਕਿ ਉਹ ਸੁਰੱਖਿਆ ਮੁਹੱਈਆ ਕਰਾਊਗੀ ਤਾਂ ਇਹ ਘਟਨਾ ਜਿਹੜੀ ਹੈ ਇਹ ਸਵਾਲ ਖੜੇ ਕਰਦੀ ਹੈ, ਉਲਟਾ ਪੁਲਿਸ ਖੁਦ ਸੁਰੱਖਿਅਤ ਨਹੀਂ ਹੈ। ਜੀ ਧਰਮਚੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪੂਰੇ ਮਾਮਲੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ। ਸਾਡੇ ਸੀਨੀਅਰ ਰਿਪੋਰਟਰ ਬਠਿੰਡਾ ਤੋਂ ਧਰਮਚੰਦਰ ਜੀ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਸ਼ਿਕਾਇਤ ਲੈ ਕੇ ਪੁਲਿਸ ਸਟੇਸ਼ਨ ਪਹੁੰਚਿਆ ਤੇ ਉਸਦੀ ਗੱਲ ਨਾ ਸੁਣੇ ਜਾਣ ਤੇ ਉਸਨੇ ਵਾਪਸ ਜਾ ਕੇ ਆਪਣੇ ਗੁਆਂਢੀ ਤੇ ਹਮਲਾ ਕਰ ਦਿੱਤਾ। ਪੂਰੀ ਖਬਰ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ।